ਜੀ ਦੋਸਤੋ, ਕੀ ਹਾਲ? ਠੀਕ ਹੋ? ਇਹ ਚੈੱਕ ਕਰੋ ਮਟਰ ਦੀ ਫਸਲ। ਮਾਸ਼ਾਅੱਲਾ, ਇਹ ਮਟਰ ਨੂੰ ਅਸੀਂ ਪੋਲੀਆ ਮਿਕਸ 12-12 17 ਦੋ ਦੋ ਬੈਗ ਨੀਚੇ ਇਸਤੇਮਾਲ ਕਰਵਾਏ ਨੇ ਬਿਜਾਈ ਵਕਤ। ਇੱਕ ਇੱਕ ਟਾਪ ਪੈਨ ਦਾ ਉੱਪਰ ਸਪਰੇ ਕੀਤਾ ਐਲਗਾ ਫਿਟ ਦਾ, ਅਤੇ ਫਸਲ ਤੁਹਾਡੇ ਸਾਹਮਣੇ ਮਾਸ਼ਾਅੱਲਾ ਫਸਲ ਹੋ ਗਈ ਤਕਰੀਬਨ 2 ਮਾਹ ਦੀ। ਡੰਡ ਚੈੱਕ ਕਰੋ ਮਾਸ਼ਾਅੱਲਾ, ਬੂਟੇ ਦਾ ਕਿੱਡਾ ਮੋਟਾ ਹੈ। ਠੀਕ ਹੈ, ਅਤੇ ਸਾਡਾ ਦੋਸਤਾਂ ਦਾ ਮਸ਼ਵਰਾ ਹੈ ਕਿ ਰਵਾਇਤੀ ਖਾਦਾਂ ਛੱਡ ਕੇ ਅਤੇ BMT ਦੀ ਖਾਦਾਂ ਤਰਫ ਆਓ। BMT ਐਨੋਰੀਅਲ ਕੰਪਨੀ ਬੈਲਜੀਅਮ ਤੋਂ ਇੰਪੋਰਟ ਖਾਦਾਂ ਕਰ ਰਹੀ, ਮਾਸ਼ਾਅੱਲਾ ਬੜੇ ਅੱਛੇ ਰਿਜ਼ਲਟ ਨੇ ਇਹਨਾਂ ਖਾਦਾਂ ਦਾ। ਇਹ ਫਾਇਦਾ, ਇਹ ਜ਼ਾਇਆ ਨਹੀਂ ਹੁੰਦੀਆਂ ਬਿਲਕੁਲ ਵੀ। ਅਤੇ ਤੁਸੀਂ ਦੋਸਤ ਭਰਾ ਸਾਰੇ ਇੱਕ ਇੱਕ ਦਫ਼ਾ ਇਸਤੇਮਾਲ ਕਰਕੇ ਦੇਖੋ, ਇਨਸ਼ਾਅੱਲਾ ਤੁਹਾਨੂੰ ਬੜੇ ਅੱਛੇ ਰਿਜ਼ਲਟ ਮਿਲਣਗੇ। ਕਿਉਂਕਿ ਕਿਸਾਨ ਦੀ ਸਭ ਕੋਈ ਮਿਹਨਤ ਜਿਹੜੀ ਫਸਲ ਹੀ ਹੁੰਦੀ ਹੈ, ਫਸਲ ਅੱਛੀ ਹੋਏਗੀ ਤਾਂ ਕਿਸਾਨ ਖੁਸ਼ਹਾਲ ਹੋਏਗਾ। ਅਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮੁਸਤਕਬਿਲ ਬੱਚਿਆਂ ਦਾ ਵੀ ਅੱਛਾ ਹੋਵੇ, ਅਤੇ ਆਪਣੀ ਫਸਲ 'ਤੇ ਮਿਹਨਤ ਕਰੋ ਅੱਛੇ ਤਰੀਕੇ ਨਾਲ, ਮਜ਼ੀਦ ਮਿਹਨਤ ਕਰੋ, ਅਤੇ ਅੱਲਾਹ ਪਾਕ ਕਾਮਯਾਬੀ ਬਣਾਉਣ ਦੇਗਾ। ਅੱਲਾਹ ਪਾਕ ਤੁਹਾਡੇ 'ਤੇ ਆਸਾਨੀਆਂ ਕਰੇ। ਅਤੇ ਤੁਹਾਨੂੰ ਸਕਰੀਨ 'ਤੇ ਸਾਡੇ ਨੰਬਰ ਨਜ਼ਰ ਆ ਰਹੇ ਨੇ, ਆਨਲਾਈਨ ਕਿਸੇ ਦੋਸਤ ਨੂੰ ਚੀਜ਼ ਚਾਹੀਦੀ ਹੋਵੇ ਤਾਂ ਅਸੀਂ ਉਹਨੂੰ ਆਨਲਾਈਨ ਵੀ ਕਰਵਾ ਸਕਦੇ ਹਾਂ।